ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਸੋਸ਼ਲ ਮੀਡੀਆ ਪਲੈਟਫਾਰਮ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ। ਦੋਸਤੋ, ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਜਿਹੜੀਆਂ ਅਪਡੇਟਸ 10 ਅਗਸਤ ਨੂੰ ਹੋਣ ਜਾਣ ਵਾਲੀਆਂ ਨੇ, ਉਹਨਾਂ ਬਾਰੇ ਮੈਂ ਸਟੂਡੈਂਟਸ ਨੂੰ ਪਹਿਲਾਂ ਵੀ ਇੱਕ ਵੀਡੀਓ ਰਾਹੀਂ ਉਲੇਖ ਕੀਤਾ ਸੀ ਕਿ ਜਿਹੜੇ ਨਵੇਂ ਟੈਸਟ ਇੰਟਰੋਡਿਊਸ ਹੋਣਗੇ ਐਸ ਡੀ ਐਸ ਦੇ ਵਿੱਚ, ਜਿਵੇਂ ਪਹਿਲਾਂ ਸਿਰਫ ਤੇ ਸਿਰਫ IELTS 6 ਨੀਟ ਬੈਂਡ ਸਕੋਰ ਦੇ ਨਾਲ ਹੀ ਤੁਸੀਂ ਅੰਡਰ ਐਸ ਡੀ ਐਸ ਅਪਲਾਈ ਕਰ ਸਕਦੇ ਸੀ, ਪਰ ਪਿੱਛੇ ਜੇ ਕੈਨੇਡੀਅਨ ਗਵਰਨਮੈਂਟ ਵੱਲੋਂ ਜਿਹੜੇ ਨਵੇਂ ਟੈਸਟ ਇੰਟਰੋਡਿਊਸ ਕੀਤੇ ਗਏ ਜਿਹਦੇ ਵਿੱਚ ਜੇ IELTS ਦੀ ਗੱਲ ਕਰਾਂਗੇ, ਓਵਰਆਲ 6 ਦਾ ਜਿਹੜਾ ਹੈਗਾ ਸਕੋਰ, ਚਾਹੇ ਤੁਸੀਂ ਇਨ ਈਚ 6 ਨਹੀਂ ਵੀ ਲੈ ਪਾ ਰਹੇ, ਫਿਰ ਵੀ ਤੁਸੀਂ ਓਵਰਆਲ 6 ਜੇ ਬਣ ਰਿਹਾ ਸਾਰਿਆਂ ਦਾ ਕੰਬੀਨੇਸ਼ਨ, ਤਾਂ ਤੁਸੀਂ ਐਸ ਡੀ ਐਸ ਅੰਡਰ ਅਪਲਾਈ ਕਰ ਸਕੋਗੇ। ਅਤੇ ਇਹ ਜਿਹੜੇ ਰੂਲ ਨੇ, ਇਹ ਇੰਪਲੀਮੈਂਟ ਕੈਨੇਡੀਅਨ ਹਾਈ ਕਮਿਸ਼ਨ 10 ਅਗਸਤ ਤੋਂ ਬਾਅਦ ਜਿਹੜੇ ਕੇਸ ਅਪਲਾਈ ਹੋਣਗੇ ਉਹਨਾਂ 'ਤੇ ਲਾਗੂ ਕਰੂਗਾ ਇਹ ਰੂਲ। ਸੋ ਮੈਂ ਜਿਹੜੇ ਬੱਚੇ ਸੈਲਫ PTE ਦੇ ਨਾਲ ਕੇਸਾਂ ਦਾ ਅਪਲਾਈ ਕਰਨਾ ਚਾਹੁੰਦੇ ਆ, ਉਹ ਐਸ ਸੂਨ ਐਸ ਪੋਸੀਬਲ ਰਿਕਰੂਟ ਹੋਣਾ ਸ਼ੁਰੂ ਹੋਣ। ਆਪਦੀ ਜਿਹੜੇ ਸੰਬੰਧਿਤ ਤੁਹਾਡੇ ਕੋਰਸਿਸ ਨੇ, ਕਾਲਜਸ ਨੇ, ਉਹਦੇ ਲਈ ਜਿਹੜੀ ਤੁਸੀਂ ਜਾਣਕਾਰੀ ਲੈਣੀ ਆ, ਤੁਸੀਂ ਕਿਸੇ ਵੀ ਸਾਡੇ ਨਜ਼ਦੀਕੀ ਆਫਿਸ ਦੇ ਵਿੱਚ ਜਾ ਕੇ ਆਪਦੀ ਇਨਫੋਰਮੇਸ਼ਨ, ਕੇਸ ਦੇ ਨਾਲ ਸੰਬੰਧਿਤ ਜਾਣਕਾਰੀ ਲੈ ਸਕਦੇ ਹੋ, ਤਾਂ ਜੋ ਤੁਹਾਨੂੰ ਜਦੋਂ ਤੁਸੀਂ ਆਪਣਾ ਕੇਸ ਅਪਲਾਈ ਕਰੋ ਉਸ ਤੋਂ ਪਹਿਲਾਂ ਤੁਹਾਡੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਕਲੀਅਰ ਹੋਵੇ, ਕਲੈਰਿਟੀ ਹੋਵੇ ਕਿ ਕਿਹੜਾ ਪ੍ਰੋਗਰਾਮ ਤੁਸੀਂ ਚੱਕਣਾ, ਕਿਹੜਾ ਕੋਰਸ ਤੁਹਾਡੇ ਲਈ ਰੈਲੇਵੈਂਟ ਆ। ਦੋਸਤੋ, ਇਹਨਾਂ ਸਾਰੀ ਜਾਣਕਾਰੀ ਲੈਣ ਦੇ ਲਈ ਤੁਸੀਂ ਕਿਸੇ ਵੀ ਮੇਰੇ ਨਜ਼ਦੀਕੀ ਆਫਿਸ ਦੇ ਵਿੱਚ ਜਾ ਕੇ ਵਿਜ਼ਿਟ ਕਰ ਸਕਦੇ ਹੋ। ਇਹਨਾਂ ਦੇ ਮਾਧਿਅਮ ਤੋਂ ਜਾ ਸਕਦਾ ਦੋਸਤੋ।